ਦਾਖਲ ਹੋਏ ਜਿਨ੍ਹਾਂ ਨੇ NRI ਦੇ 3 ਗੋਲੀਆਂ ਮਾਰੀਆਂ ਨੇ। ਘਰ ਦੇ ਵਿੱਚ ਮੌਜੂਦ ਬੱਚੇ ਹੱਥ ਜੋੜਦੇ ਰਹੇ, ਮਿਹਨਤਾਂ ਕਰਦੇ ਰਹੇ, ਫਿਰ ਵੀ ਇਹ ਬਦਮਾਸ਼ਾਂ ਦੇ ਵੱਲੋਂ ਉਸ 'ਤੇ ਗੋਲੀਆਂ ਚਲਾ ਦਿੱਤੀਆਂ। CCTV ਤਸਵੀਰਾਂ ਦੇ ਵਿੱਚ ਬਿਲਕੁਲ ਸਾਫ਼ ਹੋ ਰਿਹਾ ਕਿਸ ਤਰੀਕੇ ਦੇ ਨਾਲ ਪਿਸਤੌਲ ਦੇ ਜ਼ੋਰ 'ਤੇ ਇਹਨਾਂ ਦੇ ਵੱਲੋਂ ਇਸ NRI ਦੇ ਗੋਲੀਆਂ ਮਾਰੀਆਂ ਗਈਆਂ ਨੇ ਔਰ ਉਸ ਤੋਂ ਬਾਅਦ ਇਹ ਇੱਥੋਂ ਫਰਾਰ ਹੋਏ ਨੇ। ਅੰਮ੍ਰਿਤਸਰ ਦੇ ਦਬੁਰਜੀ ਦੀ ਇਹ ਪੂਰੀ ਵੀਡੀਓ ਹੈ। ਸਵੇਰੇ ਸਵੇਰੇ ਘਰ ਦੇ ਵਿੱਚ NRI, ਉਸਦੇ ਬੱਚੇ, ਉਹਨਾਂ ਦੀ ਮਾਤਾ ਮੌਜੂਦ ਨੇ। ਦੋ ਬਦਮਾਸ਼ ਘਰ ਦੇ ਵਿੱਚ ਦਾਖਲ ਹੁੰਦੇ ਨੇ, ਪਿਸਤੌਲ ਦੀ ਨੋਕ 'ਤੇ ਔਰ ਡਰਾਉਂਦੇ ਨੇ, ਧਮਕਾਉਂਦੇ ਨੇ। ਦਰਅਸਲ ਇਹ ਪੂਰਾ ਫਿਰੌਤੀ ਦਾ ਮਾਮਲਾ ਹੈ। ਫਿਰੌਤੀ ਨਾ ਦੇਣ ਦੀ ਸੂਰਤ ਦੇ ਵਿੱਚ ਇਹਨਾਂ ਬਦਮਾਸ਼ਾਂ ਦੇ ਵੱਲੋਂ ਇਹ ਵਾਰਦਾਤ ਕੀਤੀ ਗਈ। ਘਰ ਦੇ ਵਿੱਚ ਦਾਖਲ ਹੋ ਕੇ NRI ਦੇ 3 ਗੋਲੀਆਂ ਮਾਰੀਆਂ ਗਈਆਂ ਨੇ, ਜਿਸ ਤੋਂ ਬਾਅਦ ਉਸਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਬੱਚੇ ਘਰ ਦੇ ਵਿੱਚ ਮੌਜੂਦ ਨੇ, ਹੱਥ ਜੋੜਦੇ ਰਹੇ, ਮਿੰਤਾ ਤਰਲੇ ਕਰਦੇ ਰਹੇ, ਪਰ ਇਹ ਬਦਮਾਸ਼ ਨਹੀਂ ਟਲੇ। ਇਹਨਾਂ ਦੇ ਵੱਲੋਂ ਤਾੜ ਗੋਲੀਆਂ ਚਲਾਈਆਂ ਗਈਆਂ ਨੇ। ਫਿਲਹਾਲ ਪੁਲਿਸ ਦੇ ਵੱਲੋਂ CCTV ਤਸਵੀਰਾਂ ਨੂੰ ਆਧਾਰ ਬਣਾ ਕੇ ਇਹਨਾਂ ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਦਬੁਰਜੀ ਦੀ ਇਹ ਵੀਡੀਓ ਹੈ। ਇਹ ਸਵੇਰੇ 7:00 ਦੇ ਕਰੀਬ 5 ਮਿੰਟ ਦੇ ਕਰੀਬ ਸਾਰਾ ਕੰਮ ਹੋਇਆ ਆ, 5 ਮਿੰਟਾਂ ਦੇ ਵਿੱਚ ਹੀ। ਅਤੇ ਇਹ ਮੁੰਡਾ ਸਾਡਾ ਰਿੰਕੂ ਆ, ਸੁਖਚੈਨ ਸਿੰਘ। ਅਤੇ ਉਹ ਇੱਥੋਂ ਪਿੰਡੋਂ ਪਹਿਲਾਂ ਪੁੱਛਿਆ ਮੁੰਡਿਆਂ ਨੂੰ, ਦੋਵਾਂ ਜਣਿਆਂ ਨੂੰ, ਦੋ ਜਣੇ ਆਏ ਸੀ ਸਿੰਘ ਅਤੇ ਮੋਟਰਸਾਈਕਲ ਦੇ ਉੱਤੇ, ਇਹੀ ਸਪਲੈਂਡਰ ਦੇ ਉੱਤੇ। ਅਤੇ ਉਹ ਆ ਕੇ ਉਹਨਾਂ ਨੂੰ ਪੁੱਛਿਆ, ਪਹਿਲਾਂ ਤਾਂ ਇੱਥੇ ਆ ਕੇ ਗੱਲ ਕਰਨ ਲੱਗ ਪਏ। ਆ ਕੇ ਗੱਲ ਇਹੋ ਪੁੱਛੀ ਉਹਨੂੰ ਵੀ ਗੱਡੀ ਦੀ RC ਕਿੱਦਾਂ ਬਣਾਈ ਤੁਸੀਂ, ਅਸੀਂ ਵੀ ਬਣਾਉਣੀ ਆ, ਅਸੀਂ ਫਲਾਂ ਠੀਕ ਆ। ਅਤੇ ਉਹਨੂੰ ਡਾਊਟ ਹੋ ਗਿਆ, ਉਹ ਭੱਜ ਗਿਆ ਗੱਡੀ ਦੇ ਵੱਲੇ ਹੋਇਆ ਮਾੜਾ ਜਿਹਾ। ਅਤੇ ਬਾਅਦ 'ਚ ਉਹਨਾਂ ਨੇ ਪਿਸਤੌਲ ਰੱਖ ਲਈ ਆ ਗਿੱਚੀ ਦੇ ਵਿੱਚ। ਅਮਰੀਕਾ ਤੋਂ ਪਰਤਿਆ ਜੀ? ਹਾਂਜੀ, ਅਮਰੀਕਾ ਤੋਂ ਹੋ ਗਿਆ, ਥੋੜ੍ਹੀ ਜਿਹੀ ਨਾ ਪ੍ਰੋਬਲਮ ਫੈਮਿਲੀ ਦੀ ਚੱਲੀ ਸੀ, ਅਤੇ ਉਹਦੇ ਕਰਕੇ 1.5 ਸਾਲ ਹੋ ਗਿਆ ਇੱਥੇ ਹੀ। ਅਤੇ ਉਹ 2 ਵਾਰੀ ਗਿਆ ਵੀ ਹੈਗਾ ਬੱਸ ਵਾਪਸੀ, ਅਤੇ ਫਿਰ ਆ ਜਾਂਦਾ ਰਿਹਾ ਕੋਈ 5-10, ਕਿਉਂਕਿ ਬੱਚੇ ਛੋਟੇ ਛੋਟੇ ਨੇ, ਉਹਨਾਂ ਦੀ ਦੇਖ ਕੇ। ਗੋਲੀਆਂ ਚੱਲੇ, ਸਮਾਂ ਕਿੰਨੇ ਵਜੇ ਦਾ? 7:05 ਦਾ ਸਮਾਂ ਆ ਸਵੇਰ ਦਾ। ਅਤੇ ਪਰਿਵਾਰ ਦੇ ਵਿੱਚ ਉਦੋਂ ਦੋਵੇਂ ਜੀ ਆਪ ਸੀ, ਅਤੇ ਦੋਵੇਂ ਬੱਚੇ ਅਤੇ ਨਾਲ ਮਾਤਾ ਬਜ਼ੁਰਗ ਸਾਡੀ। ਕਿੰਨੀਆਂ ਗੋਲੀਆਂ ਚੱਲੀਆਂ? ਉਹਨਾਂ ਦੇ 3 ਮਿਲੀਆਂ ਪੁਲਿਸ ਨੂੰ, 2 ਵੱਜੀਆਂ ਕਹਿੰਦੇ।
ਤੇ ਸੀਰੀਅਸ ਹੈ ਜੀ? ਸੀਰੀਅਸ ਆ, ਹੁਣ ਹਸਪੀਟਲ ਹੀ ਆ। ਕੋਈ ਕਹਿੰਦੇ ਕਿ ਫਰੋਤੀ ਦਾ ਮਾਮਲਾ ਹੈਗਾ, ਹੋਟਲ ਦਾ ਮਾਮਲਾ ਹੈਗਾ? ਕੋਈ ਨਹੀਂ ਵੀਰ, ਇਹੋ ਜਿਹੀ ਅਜੇ ਤੱਕ ਕੋਈ ਗੱਲ ਨਹੀਂ, ਸਾਨੂੰ ਪਤਾ ਨਹੀਂ ਹੈਗਾ, ਸ਼ਾਇਦ ਹੋ ਸਕਦਾ ਜਾਂ ਨਹੀਂ ਹੋ ਸਕਦਾ, ਕੋਈ ਪਤਾ ਨਹੀਂ ਹੈਗਾ। ਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਜੀ? ਪੁਲਿਸ ਮੌਕੇ 'ਤੇ ਕੋਈ ਆ ਗਈ ਸੀ, 7:30 ਵਜੇ ਆ ਗਈ ਸੀ ਪੁਲਿਸ ਸਾਰੀ। ਅਤੇ ਕੋਈ ਮਰਸਡੀ ਗੱਡੀ ਦਾ, ਵਾਈਟ ਦਾ ਵੀ ਕਹਿੰਦੇ ਕਿ? ਮਰਸਡੀ ਗੱਡੀ ਇਹੋ ਹੀ ਆ, ਵਿੱਚ ਇਹਦੀ ਗੱਡੀ ਬਾਰੇ ਉਹਨਾਂ ਨੇ ਕੋਈ ਗੱਲਬਾਤ ਹੋਈ ਸ਼ਾਇਦ, ਇਹਦੇ ਕਰਕੇ ਨਾ ਕੋਈ ਚੱਕਰ ਨਾ ਹੋ, ਅਬਲ ਤਾਂ ਇਹੋ ਜਿਹਾ ਕੋਈ ਹੈ ਨਹੀਂ ਚੱਕਰ। ਪਲੈਨਿੰਗ ਦੇ ਨਾਲ ਕੀਤਾ ਗਿਆ ਕੰਮ? ਤਾਂ ਪਲੈਨਿੰਗ ਦੇ ਨਾਲ ਹੀ, ਉਹਨਾਂ ਨੂੰ ਪਤਾ ਵੀ ਇਹ ਵਾਲੇ ਜਿੰਮ ਜਾਂਦਾ ਜਾਂ ਕਿੱਦਾਂ ਜਾਂਦਾ, ਕੋਈ ਰੇਕੀ ਕਰਕੇ ਫੇਰ ਕੀਤਾ ਜੀ। ਇਹ ਕਰੀਬ ਸੁਬਾਹ 7:15 ਵਜੇ ਦੀ ਗੱਲ ਹੈ ਜੀ। ਇਹ ਸੁਖਚੈਨ ਸਿੰਘ ਹੈ, ਇਹਦੀ ਜਿਹੜੀ ਬੰਦਾ ਵਾ ਫੋਰਨ ਅਮੈਰੀਕਾ ਰਹਿੰਦਾ, ਜ਼ਿਆਦਾ ਹੁਣ ਇੱਥੇ ਵਾਪਸ ਆ ਕੇ ਇੱਥੇ ਆਪਣਾ ਕਾਰੋਬਾਰ ਕਰ ਰਿਹਾ। ਇਹਦਾ ਇੱਕ ਬ੍ਰਦਰ ਬਾਹਰ ਆ, ਇਹਦੀ ਮਦਰ ਇਹਦੀ ਸੈਕਿੰਡ ਮੈਰਿਜ ਦੇ ਵਿੱਚੋਂ ਵਾਈਫ ਅਤੇ ਪਹਿਲੇ ਵਿਆਹ ਦੇ ਬੱਚੇ ਜਿਹੜੇ ਉਹ ਘਰ 'ਚ ਸੀ। ਇਹ ਸਵੇਰੇ ਬ੍ਰਸ਼ ਕਰ ਰਿਹਾ ਸੀ, ਦੋ ਬੰਦੇ ਗੇਟ 'ਤੇ ਆਏ ਆ, ਗੇਟ 'ਤੇ ਆ ਕੇ ਇਹਨਾਂ ਨੇ ਪੁੱਛਿਆ ਕਿ ਤੇਰੀ ਆ ਜਿਹੜੀ ਮਰਸੀ ਦੀ ਆਰ ਸੀ ਵਿਖਾ, ਤੂੰ ਕਿੱਥੋਂ ਲਈ ਆ? ਅਤੇ ਉਹ ਕਹਿੰਦਾ ਵੀ ਤੁਸੀਂ ਕਾਹਦੀ ਆਰ ਸੀ ਕੌਣ ਜੇ? ਇਹਦਾ ਕਰਦਿਆਂ ਕਰਦਿਆਂ ਉਹਨੂੰ ਪਿਸਟਲ ਪੁਆਇੰਟ 'ਤੇ ਅੰਦਰ ਲੈ ਗਏ, ਅੰਦਰ ਖੜ ਕੇ ਉਹਨਾਂ ਨੇ ਇਹਦੇ ਨਾਲ ਬਹਿਸ ਹੋਈ ਆ, ਬਹਿਸ ਹੋ ਕੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਆ। ਫਾਇਰਿੰਗ ਕਰਨ ਦੇ ਵਿੱਚ ਬਾਅਦ 'ਚ ਉਹਨਾਂ ਪੂਰੀ ਕੋਸ਼ਿਸ਼ ਕੀਤੀ ਆ ਕਿ ਇਹਨੂੰ ਅਸੀਂ ਵੀ ਤਸੱਲੀ ਨਾ ਮਾਰੀਏ, ਲੇਕਿਨ ਮਤਲਬ ਉਹਨਾਂ ਦਾ ਜਿਹੜਾ ਵੈਪਨ ਆ ਉਹ ਅੜ ਗਿਆ, ਉਹ ਚੱਲਿਆ ਨਹੀਂ, ਉਹ ਸੀ ਸੀ ਟੀ ਵੀ ਫੁਟੇਜ ਆਉਂਦਾ। ਠੀਕ ਹੈ, ਹੁਣ ਜਿਹੜਾ ਪਰਿਵਾਰ ਆ ਉਹ ਅਜੇ ਦੀ ਵਾਈਫ ਜਿਹੜੀ ਹੋਸਪਿਟਲ ਉਹਨਾਂ ਦੇ ਨਾਲ ਆ, ਉਹਨਾਂ ਨੂੰ ਹੋਸਪਿਟਲ ਲੈ ਗਏ ਆ, ਉੱਥੇ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਆ। ਉਹ ਕਿਉਂਕਿ ਉਹਨਾਂ ਦੇ ਜਿਹੜੇ ਇੱਕ ਦੋ ਗੋਲੀਆਂ ਇੱਕ ਸਿਰ 'ਚ ਲੱਗੀ ਆ, ਲੇਕਿਨ ਉਹ ਬ੍ਰੇਨ ਵਾਲੇ ਪਾਸੇ ਨਹੀਂ, ਅਤੇ ਅਜੇ ਉਹ ਗੱਲਬਾਤ ਕਰਨ ਦੇ ਯੋਗ ਨਹੀਂ। ਤੁਸੀਂ ਅਸੀਂ ਉਹਨੂੰ ਜਲਦੀ ਜਿਹੜੇ ਠੀਕ ਹੋਣਗੇ ਫਿਰ ਗੱਲਬਾਤ ਕਰਾਂਗੇ। ਔਰ ਸਾਡੀ ਜਿਹੜੀ FIR ਦਰਜ ਕਰਕੇ ਸਾਡੀ ਇਨਵੈਸਟੀਗੇਸ਼ਨ ਵਾਸਤੇ ਟੀਮ ਜਿਹੜੀ ਅਸੀਂ ਲਾ ਦਿੱਤੀ ਆ, ਸਾਡਾ CA ਸਟਾਫ, ਸਾਡਾ SHO ਮਕਬੂਲਪੁਰਾ, ACP ਈਸਟ, ਸਾਰੀਆਂ ਟੀਮਾਂ ਜਿਹੜੀਆਂ ਨੇ ਇਸ ਇਨਵੈਸਟੀਗੇਸ਼ਨ ਦਾ ਮਾਮਲਾ ਜਾਂ ਹੋਟਲ ਦਾ ਕਿਹਾ ਯਾਰ ਕਿ ਫਰੋਤੀ ਵੀ ਮੰਗੀ ਗਈ ਸੀ ਸੁਖਚੈਨ ਸਿੰਘ ਤੋਂ? ਨਹੀਂ ਜੀ, ਸਾਡੇ ਇਹੋ ਜਿਹੀ ਕੋਈ ਗੱਲ ਧਿਆਨ 'ਚ ਨਹੀਂ ਆਈ। ਦੇਖੋ ਨਾ ਸਾਡੇ ਕੋਈ ਇਹਨਾਂ ਰਿਪੋਰਟਿੰਗ ਆ, ਨਾ ਉਹਨਾਂ ਕੋਲ ਦੱਸਿਆ ਹੀ ਆ। ਉਹ ਕਿਉਂਕਿ ਇਹਦੀ ਜਿਹੜੀ ਪਹਿਲੀ ਵਾਈਫ ਆ ਉਹ 2022 ਦੇ ਵਿੱਚ ਵਾਈਫ ਨੇ ਸੁਸਾਈਡ ਕਰ ਲਿਆ ਸੀ, ਉਹਦੇ ਵਿੱਚ ਉਹਦੇ 'ਤੇ ਜਿਹੜਾ ਪਰਿਵਾਰ ਆ ਉਹਨਾਂ ਨੇ ਇਹਨਾਂ ਦੇ ਉੱਤੇ FIR ਦਰਜ ਕਰਵਾਈ ਸੀ 2022 'ਚ। ਜਿਹੜੀ ਉਸ FIR ਦੇ ਵਿੱਚ ਜਿਹੜੇ ਦੋ ਇਹ ਸੁਖਚੈਨ ਸਿੰਘ ਦੇ ਦਾ ਭਰਾ ਜਿਹੜਾ ਉਹ ਇਨੋਸੈਂਟ ਹੋ ਗਏ ਸੀ, ਅਤੇ ਇਕੱਲੀ ਵਾਈ ਮਾਤਾ ਜਿਹੜੀ ਆ ਉਹ ਚਲਾਨ ਹੋਈ ਸੀ, ਅਤੇ ਉਹ ਵੀ ਪਰਿਵਾਰ ਜਿਹੜਾ ਐਂਗਲ ਆ ਉਹ ਪਰਿਵਾਰ ਉਹਨਾਂ 'ਤੇ ਵੀ ਸ਼ੱਕ ਕਰ ਰਿਹਾ ਕਿ ਉਹ ਵੀ ਜਿਹੜੇ ਆ ਕਿ ਉਹਨਾਂ ਵਿੱਚ ਧਮਕੀਆਂ ਦਿੰਦੇ ਸੀ ਇਹਨਾਂ ਨੂੰ। ਉਹ ਅਸੀਂ ਬਸ ਵੱਖ ਵੱਖ ਐਂਗਲਾਂ ਤੋਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ, ਅਤੇ ਅਸੀਂ ਜਲਦੀ ਜਿਹੜਾ ਵਾ ਅਸਲ ਦੋਸ਼ੀਆਂ ਨੂੰ ਟਰੇਸ ਕਰ ਲਾਂਗੇ। CCTV ਸਾਹਮਣੇ ਆਏ ਸਰ? ਹਾਂ, CCTV ਫੋਟੋ 'ਚ ਆਏ ਜੀ, ਚਿਹਰੇ ਸਾਫ਼ ਦਿਖਾਈ ਦਿੰਦੇ ਬੰਦਿਆਂ ਨੂੰ।